ਵਾਲੇ ਹੋ, ਗੁਰੂ ਦੀ ਬਖਸ਼ਿਸ਼ ਕਿਰਪਾ ਵਾਲੇ ਹੋ। ਸਤਿਗੁਰਾਂ ਦੇ ਦਰਬਾਰ ਦੀ ਹਾਜ਼ਰੀ ਤਨ ਮਨ ਧਨ ਦੁਆਰਾ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਹੋ। ਸ਼ਬਦ ਕੀਰਤਨ ਦੀ ਹਾਜ਼ਰੀ ਸਾਧ ਸੰਗਤ ਨੇ ਬਖਸ਼ੀ ਹੈ, ਸੋ ਤਹਿ ਦਿਲੋਂ ਧੰਨਵਾਦ ਸਮੂਹ ਸੰਗਤਾਂ ਦਾ, ਪ੍ਰਬੰਧਕ ਕਮੇਟੀ ਦਾ। ਬੜੇ ਪਿਆਰ ਦੇ ਨਾਲ ਕੇਵਲ ਅੱਧਾ ਘੰਟੇ ਸਮਾਂ ਹੈ, ਸਿੱਖ ਜਿੱਥੇ ਸਰਬੱਤ ਦਾ ਭਲਾ ਮੰਗਦਾ ਹੈ, ਇਸ ਵਕਤ ਉਹ ਸਮਾਂ ਹੈ ਜਿੱਥੇ ਪੰਥ ਕੌਮ ਵਾਸਤੇ ਜੋ ਸਮਾਂ ਭੀੜਾ ਬਣੀ ਹੋਈ ਹੈ, ਸਭ ਆਪ ਜਾਣਦੇ ਹੋ। ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਮਿਹਰ ਕਰ, ਪੂਰੇ ਸੰਸਾਰ ਭਰ ਦੇ ਅੰਦਰ ਜੋ ਕੁਛ ਹੋ ਰਿਹਾ ਹੈ, ਹੈ ਤੇਰੇ ਹੁਕਮ ਦੇ ਵਿੱਚ, ਤੇਰੀ ਰਜ਼ਾ ਦੇ ਵਿੱਚ। ਮਗਰ ਜੋ ਸਾਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤੇ ਹਨ, ਉਹਨਾਂ ਉਪਦੇਸ਼ਾਂ ਨੂੰ ਲੈ ਕੇ ਚੱਲਣਾ ਹੈ ਆਪਣੀ ਜ਼ਿੰਦਗੀ ਦੇ ਵਿੱਚ। ਪੰਥ ਕੌਮ ਵਾਸਤੇ ਵੀ ਅਰਦਾਸ ਕਰਨੀ ਹੈ, ਪੰਥ ਕੌਮ ਨੂੰ ਏਕਤਾ ਪਿਆਰ ਇਕੱਠ ਇਤਫਾਕ ਸਤਿਗੁਰ ਪਾਤਸ਼ਾਹ ਬਖਸ਼ਣ। ਸ਼ਬਦ ਗੁਰੂ ਅਮਰਦਾਸ ਸਾਹਿਬ ਮਹਾਰਾਜ ਬਹੁਤ ਸੁੰਦਰ ਫਰਮਾਨ ਕਰ ਰਹੇ ਹਨ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਹੇ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰੋ, ਕਿਰਪਾ ਕਰੋ। ਟੋਡੀ ਰਾਗ ਦੇ ਅੰਦਰ ਤਿੰਨ ਤਾਲ ਦੇ ਅੰਦਰ ਇਹ ਸ਼ਬਦ ਪੜ੍ਹਿਆ ਜਾ ਰਿਹਾ ਹੈ ਬੜੇ ਪਿਆਰ ਦੇ ਨਾਲ। ਆਪ ਵੀ ਹਾਜ਼ਰੀ ਲਗਵਾਓ, ਹੋ ਸਕਦਾ ਹੈ ਸੰਗਤ ਦੇ ਵਿੱਚ ਐਸੇ ਐਸੇ ਪ੍ਰੇਮੀ, ਐਸੇ ਐਸੇ ਭਗਤ ਜਨ, ਸੰਤ ਜਨ, ਗੁਰਮੁਖ ਜਿਨ੍ਹਾਂ ਦੀ ਅਰਦਾਸ ਕਬੂਲ ਹੋ ਜਾਣੀ ਹੈ ਅਤੇ ਸਾਰਿਆਂ ਦੀ ਹਾਜ਼ਰੀ ਲੱਗ ਜਾਣੀ ਹੈ। ਸੋ ਬੱਚੀਆਂ, ਭੈਣਾਂ, ਵੀਰ, ਜੋ ਵੀ ਸੰਗਤ ਦੇ ਵਿੱਚ ਅਸੀਂ ਇਸ ਵਕਤ ਹਾਂ, ਅਤੇ ਸਮੂਹ ਸੰਗਤਾਂ ਅੱਗੇ ਬੇਨਤੀ ਹੈ ਕਿ ਸਾਰੇ ਹਾਜ਼ਰੀ ਭਰੀਏ ਅਤੇ ਸਾਰੇ ਮਿਲ ਕਰਕੇ ਕੀਰਤਨ ਦੀ ਇਹ ਜੋ ਦਾਤ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਬਖਸ਼ੀ ਹੈ, ਸੋ ਅਸੀਂ ਇਸ ਦਾਤ ਨੂੰ ਪ੍ਰਾਪਤ ਕਰਦੇ ਹੋਏ ਸ਼ਬਦ ਨਾਲ ਹਾਜ਼ਰੀ ਦੇਈਏ। ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ, ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ। ਦੁਆਰੇ ਉਬਰੇ, ਜਿਤ ਦੁਆਰੇ ਉਬਰੇ, ਤਿਤਲੇ ਹੋ ਉਬਾਰ, ਸਤਿਗੁਰ ਸੁਖ ਵਖਾਲਿਆ, ਸੱਚਾ ਸ਼ਬਦ ਵਿਚਾਰ, ਨਾਨਕ ਅਵਰਨਾ ਸੁਜਈ, ਹਰ ਬਿਨ ਬਖਸ਼ਣ ਹਾਰ,
ਹਰ ਬਿਨ ਬਖਸ਼ਣ ਹਾਰ ਹਰ ਬਿਨ ਬਖਸ਼ਣ ਹਾਰ ਜਗਤ ਜਲੰਦਾ ਰਾਖ ਲੈ ਜਗਤ ਜਲੰਦਾ ਰਾਖ ਲੈ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਜਗਤ ਜਲੰਦਾ ਰਾਖ ਲੈ ਸਾਨੇ ਦਾਨੇ ਸਾਰੇ ਸਗਾਰੇ ਸਾਨੇ ਦਾ ਸਾਰੇ ਸਾ ਰੇ ਸਾ ਰੇ ਸਾ ਗਾਰੇ ਗਾਰੇ ਮਾਗਾ ਮਾਗਾ ਦਾ ਮਾਨੀ ਦਾ ਸਾਰੇ ਦਾਨੇ ਸਾਰੇ ਸਾਨੇ ਦਾ ਮਾਗਾ ਰੇ ਸਾ ਜਗਤ ਜਲਾਂਦਾ ਰਾਖ ਲੈ ਜਗਤ ਜਲਾਂਦਾ ਰਾਖ ਲੈ ਜਗਤ ਜਲਾਂਦਾ ਰਾਖ ਲੈ ਜਗਤ ਜਲਾਂਦਾ ਰਾਖ ਲੈ ਆਪਣੀ ਕਿਰਪਾ ਧਾਰ ਸਤ ਸਾਚ ਸਿਰੇ ਨੇ ਵਾਸ ਸਤ ਸਾਚ ਸਿਰੇ ਨੇ ਵਾਸ ਸਦਾ ਤੂੰ ਹੀ ਆਦਿ ਪੁਰਖ ਸਦਾ ਤੂੰ ਹੀ ਸਾਚ ਸਿਰੇ ਨੇ ਵਾਸ ਕਵਲ ਨੈਣ ਮਧੁਰ ਬੈਣ ਕੋਟ ਸੈਨ ਸੰਗ ਸੋਬ ਕਵਲ ਨੈਣ ਮਧੁਰ ਬੈਣ ਕੋਟ ਸੈਨ ਸੰਗ ਸੋਬ ਸ਼ੋਦ ਜਿਸੈ ਦਹੀ ਪਾਤ ਖਾਏ ਜਿਓ ਕਵਲ ਨੈਣ ਮਦਰ ਬੈਣ ਕੋਟ ਸੈਨ ਸੰਗ ਸੋ ਕਹਿ ਤੁਮਾਜ ਸ਼ੋਦ ਜਿਸੈ ਦਹੀ ਪਾਤ ਖਾਏ ਜਿਓ ਵਾਹੇ ਗੁਰੂ ਵਾਹੇ ਗੁਰੂ ਵਾਹੇ ਜੀਓ ਸਤ ਸਾਚ ਸਿਰੇ ਨੇ ਵਾਸ ਸਤ ਸਾਚ ਸਿਰੇ ਨੇ ਵਾਸ ਆਦਿ ਪੁਰਖ
सदा तू ही आध पूरख सदा तू ही वाहे गुरु वाहे गुरु वाहे गुरु वाहे जियो वाहे गुरु वाहे जियो शब्द चरतकार खेल पाहे जियो काल कलम हुकम हाथ कहो कौन मेट सके इस बम गान थान तरत ही है चाहे जियो वाहे गुरु वाहे गुरु वाहे गुरु वाहे जियो सत साच सिरे निवास सत साच सिरे निवास आद पूरख सदा तू ही आद पूरख सदा तू ही वाहे गुरु वाहे गुरु वाहे गुरु वाहे जियो वाहे गुरु वाहे जियो वाहे गुरु वाहे जियो हर राते जो नाम हर राते करो जो नाम हर राते जो नाम हर राते खदा पैदा माया सब पवित्र है तिनका खदा पैदा माया सब पवित्र है जो नाम हर राते नाम हर राते जो नाम हर राते जो नाम हर राते तिनके घर मंदिर महल सराई सब पवित्र है तिनके घर मंदिर महल सराई सब पवित्र है जिन
ਤਿੰਨ ਗੁਰਮਖ ਸੇਵਕ ਸਿੱਖ ਅਬ ਆਗਤ ਜਾਏ ਵਰਸਾਤੇ। ਜਿਨ ਗੁਰਮਖ ਸੇਵਕ ਸਿੱਖ ਅਬ ਆਗਤ ਜਾਏ ਵਰਸਾਤ, ਜੋ ਨਾਮ ਹਰ ਰਾਤੇ, ਜੋ ਨਾਮ ਹਰ ਰਾਤੇ, ਜੋ ਨਾਮ ਹਰ ਰਾਤੇ, ਜੋ ਨਾਮ ਹਰ ਰਾਤੇ, ਤਿੰਨ ਕਾ ਖਾਦਾ ਪੈਂਦਾ ਮਾਇਆ ਸਭ ਪਵਿੱਤਰ ਹੈ। ਤਿੰਨ ਕਾ ਖਾਦਾ ਪੈਂਦਾ ਮਾਇਆ ਸਭ ਪਵਿੱਤਰ ਹੈ, ਜੋ ਨਾਮ ਹਰ ਰਾਤੇ, ਜੋ ਨਾਮ ਹਰ ਰਾਤੇ, ਜੋ ਨਾਮ ਹਰ ਰਾਤੇ, ਜੋ ਨਾਮ ਹਰ ਰਾਤੇ। ਖੁਰ ਗੀਰਾ ਸਭ ਪਵਿੱਤ ਹੈ, ਜਿਨ ਗੁਰਮਖ ਸਿੱਖ ਸਾਧ ਸੰਤ ਚੜ ਜਾਤੇ। ਤਿੰਨ ਕੈ ਕਰਮ ਧਰਮ ਕਾਰਜ ਸਭ ਪਵਿੱਤ ਹੈ, ਬੋਲੇ ਹਰ ਹਰ ਰਾਮ ਨਾਮ ਹਰ ਸਾਥੇ। ਵਾਹਿਗੁਰੂ 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 ਵਾਹਿਗੁਰੂ, ਸਾਰੇ ਜਪੋ ਵਾਹਿਗੁਰੂ 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 ਵਾਹਿਗੁਰੂ। ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਥੇ, ਜੋ ਨਾਮ ਹਰ ਰਾਤੇ, ਜੋ ਨਾਮ ਹਰ ਰਾਤੇ, ਜੋ ਨਾਮ ਹਰ ਰਾਤੇ, ਜੋ ਨਾਮ ਹਰ ਰਾਤੇ, ਤਿੰਨ ਕਾ ਖਾਦਾ ਪੈਂਦਾ ਮਾਇਆ ਸਭ ਪਵਿੱਤਰ ਹੈ, ਜੋ ਨਾਮ ਹਰ ਰਾਤੇ, ਜੋ ਨਾਮ ਹਰ ਰਾਤੇ, ਜੋ ਨਾਮ ਹਰ ਰਾਤੇ, ਨਾਮ ਹਰ ਰਾਤੇ। ਜਿਨ ਕੈ ਪੋਤੈ ਪੁੰਨ ਹੈ ਸੇ ਗੁਰਮਖ ਸਿੱਖ ਗੁਰੂ ਪਹਿ ਜਾਤੇ। ਜਿਨ ਕੈ ਪੋਤੈ ਪੁੰਨ ਹੈ ਸੇ ਗੁਰਮਖ ਸਿੱਖ ਗੁਰੂ ਪਹਿ ਜਾਤੇ। ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪਰਵਾਨ, ਨਾਨਕ ਕੁਲ ਉਧਾਰੇ ਆਪਣਾ, ਦਰਗਹਿ ਪਾਵੈ ਮਾਨ। ਨਾਨਕ ਕੁਲ ਉਧਾਰੈ ਆਪਣਾ, ਦਰਗਹਿ ਪਾਵੈ ਮ
ਮਾਨ ਜੋ ਨਾਮ ਹਰ ਰਾਤੇ ਜੋ ਨਾਮ ਹਰ ਰਾਤੇ ਜੋ ਨਾਮ ਹਰ ਰਾਤੇ ਜੋ ਨਾਮ ਹਰ ਰਾਤੇ ਤਿਨਕਾ ਖਾਦਾ ਪੈਂਦਾ ਮਾਇਆ ਸਭ ਪਵਿੱਤਰ ਹੈ ਤਿਨਕਾ ਖਾਦਾ ਪੈਂਦਾ ਮਾਇਆ ਸਭ ਪਵਿੱਤਰ ਹੈ ਜੋ ਨਾਮ ਹਰ ਰਾਤੇ 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 ਸਤਿਗੁਰ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਬਹੁਤ ਸੁੰਦਰ ਫਰਮਾਨ ਕਰ ਰਹੇ ਹਨ। ਆਪ ਸਭ ਨੇ ਇਸ ਪ੍ਰੋਜੈਕਟ ਦੁਆਰਾ ਦੇਖ ਲਿਆ ਹੋਏਗਾ ਅਰਥ ਭਾਵ ਵਿਚਾਰ ਵੱਲ ਜਾਵਾਂਗੇ ਤੇ ਸਮਾਂ ਚਾਹੀਦਾ ਹੈ। ਸਤਿਗੁਰਾਂ ਨੇ ਫਰਮਾਨ ਕੀਤਾ ਹੈ ਉਹ ਘਰ ਪਵਿੱਤਰ ਹੈ, ਮੋਟਰ ਗੱਡੀਆਂ ਪਵਿੱਤਰ ਹਨ, ਉਹਨਾਂ ਦੇ ਕੰਮ ਕਾਜ ਪਵਿੱਤਰ ਹਨ, ਉਹਨਾਂ ਦਾ ਰਹਿਣਾ ਬਹਿਣਾ ਸੰਸਾਰ ਦੇ ਵਿੱਚ ਵਿਚਰਨਾ ਪਵਿੱਤਰ ਹੈ, ਤਿਜੋਰੀਆਂ ਦੇ ਵਿੱਚ ਰੱਖੀ ਹੋਈ ਮਾਇਆ ਵੀ ਪਵਿੱਤਰ ਹੈ। ਜੇਕਰ ਉਹ ਨਾਮ ਸਿਮਰਨ ਸਾਂਝੀ ਵਾਲਤਾ ਵਾਸਤੇ ਸੱਚੇ ਮਾਰਗ ਵਾਸਤੇ ਸਤਿਗੁਰਾਂ ਦੇ ਉਪਦੇਸ਼ਾਂ ਦੇ ਮੁਤਾਬਕ ਅਗਰ ਉਹਨਾਂ ਨੂੰ ਖਰਚ ਕੀਤਾ ਜਾਂਦਾ, ਪਿਆਰ ਨਾਲ ਜਪੋ ਸਤਨਾਮ ਸ੍ਰੀ ਵਾਹਿਗੁਰੂ, ਇਹ ਸਤਿਗੁਰਾਂ ਦੇ ਉਪਦੇਸ਼ ਜੋ ਸਤਿਗੁਰਾਂ ਨੇ ਫਰਮਾਨ ਕੀਤਾ ਹੈ। ਨਾਨਕ ਸਤਿਗੁਰ ਭੇਟੀਐ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਵਾਉਂਦਿਆਂ ਵਿੱਚੇ ਹੋਵੇ ਮੁਕਤ। ਗ੍ਰਿਸ਼ਤੀ ਗ੍ਰਿਸ਼ਤੀ ਦਾ ਜੀਵਨ ਸੱਚਾਈ ਦਾ ਜੀਵਨ, ਸੱਚਾਈ ਦਾ ਜੀਵਨ ਖੁਦਾਈ ਦਾ ਜੀਵਨ, ਇਹ ਸਤਿਗੁਰਾਂ ਨੇ ਬਖਸ਼ਿਸ਼ ਕਿਰਪਾ ਕੀਤੀ ਹੈ। ਜੋ ਸਾਨੂੰ ਸੰਗਤ ਬਖਸ਼ੀ ਹੈ, ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਬਹਾ, ਸਾਖਤ ਸੰਗ ਨਾ ਕੀਜੀਏ ਜਾਂਦੇ ਹੋਏ ਬਿਨਾਹਾ। ਸਾਡੇ ਬੱਚੇ ਸਕੂਲਾਂ ਵਿੱਚ ਜਾਂਦੇ ਹਨ, ਕਾਲਜ ਵਿੱਚ ਜਾਂਦੇ ਹਨ, ਮਾਤਾ ਪਿਤਾ ਦੀ ਹਮੇਸ਼ਾ ਨਜ਼ਰ ਰਹਿੰਦੀ ਹੈ ਬੱਚਾ ਕਿਤੇ ਗਲਤ ਸੁਸਾਇਟੀ 'ਚ ਨਾ ਚਲੇ ਜਾਵੇ, ਗਲਤ ਉਸਨੂੰ ਸੰਗੀ ਸਾਥੀ ਨਾ ਕੋਈ ਮਿਲ ਜਾਵੇ, ਉਸਦੀ ਲਾਈਫ ਖਰਾਬ ਹੋ ਜਾਵੇ। ਇਸੇ ਤਰ੍ਹਾਂ ਹੀ ਸਾਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤੇ ਹਨ, ਇਹ ਗੁਰਸਿੱਖ ਤੂੰ ਸਾਰੇ ਕੰਮ ਕਰ, ਇਹ ਕੰਮ ਕਰਨ ਵਾਸਤੇ ਹਨ। ਐਜੂਕੇਸ਼ਨ ਸੋਹਣਾ ਸੰਸਾਰ 'ਚ ਵਿਚਰਨਾ, ਕਮਾਈ ਕਰਨੀ, ਇੱਜ਼ਤ ਮਾਣ ਸਨਮਾਨ ਆਪਣਾ ਤਾਂ ਹੋ ਜਾਂਦਾ, ਨਾਲ ਬਜ਼ੁਰਗਾਂ ਦਾ ਵੱਡਿਆਂ ਦਾ ਵੀ ਹੋ ਜਾਂਦਾ। ਸੋ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਦਾਸ ਆਪਣੇ ਧੰਨ ਬਾਗ ਸਮਝਦੇ ਹਨ। ਦਾਸ ਤਕਰੀਬਨ 3 ਸਾਲ ਮਿਸ਼ੀਗਨ ਸੰਗਤਾਂ ਦੀ ਸੇਵਾ ਕਰਕੇ ਆਏ ਹਨ। ਓਹਾਇਓ ਮਿਸ਼ੀਗਨ ਇਤਾਦ ਉੱਥੋਂ ਆ ਰਹੇ ਹਾਂ। ਸਫ਼ਰ ਦੇ ਵਿੱਚ ਕੁਛ ਗਲਾ ਪੂਰਨ ਤੌਰ 'ਤੇ ਕੰਮ ਨਹੀਂ ਕਰ ਰਿਹਾ। ਸੋ ਦਾਸ ਦੀ ਬੱਚੀ ਸਿਮਰਨ ਸੈਮੀ ਸ਼ਬਦ ਕੀਰਤਨ ਦੁਆਰਾ ਆਪ ਜੀ ਦੇ ਦਰਬਾਰ ਦੀ ਹਾਜ਼ਰੀ ਭਰਦੀ ਹੈ। ਦਾਸ ਵੀ ਲੇ ਕੈਲਸ਼ਨ ਨੌਰ ਕਰੋਨਾ ਰਿਵਰ ਸਾਈਡ, ਇਹ ਬੱਚੇ ਸਾਡੇ ਵੀ ਰਹਿੰਦੇ ਹਨ, ਦਾਸ ਉੱਥੇ ਰਹਿੰਦੇ ਹਨ। ਸੋ ਦਾਸ ਵੀ ਇਸ ਸੰਗਤ ਦੇ ਇੱਕ ਮੈਂਬਰ ਹਨ। ਫਿਰ ਵੀ ਜਦੋਂ ਜ਼ਰੂਰਤ ਹੋਵੇ ਤਾਂ ਸਾਧ ਸੰਗਤ ਹੁਕਮ ਕਰੇ, ਸਿਰ ਮੱਥੇ ਪ੍ਰਵਾਨ ਕਰਦੇ ਹਾਜ਼ਰੀ ਲਗਵਾਵਾਂਗੇ। ਇਤਨੀਆਂ ਹਾਜ਼ਰੀਆਂ
ਪ੍ਰਵਾਨ ਕਰਨੀਆਂ। ਇਹ ਸਤਿਗੁਰਾਂ ਨੇ ਸਾਨੂੰ ਦਾਤ ਬਖਸ਼ਿਆ ਸੰਗਤ ਦੀ। ਪਿਓ ਦਾਦਾ ਪੜਦਾਦਿਓ ਪੁੱਤ ਪੋਤਾ ਪੜਪੋਤਾ ਨਤਾ, ਪਿਤਾ ਦੀਆਂ 7 ਪੀੜ੍ਹੀਆਂ, ਮਾਤਾ ਦੀਆਂ 5 ਪੀੜ੍ਹੀਆਂ ਦਾ ਜ਼ਿਕਰ ਕਰ ਰਹੇ ਨੇ ਭਾਈ ਗੁਰਦਾਸ ਜੀ। ਸਭ ਤੋਂ ਵੱਡਾ ਸਾਕ ਰਿਸ਼ਤਾ ਕਿਹੜਾ ਹੈ? ਭਾਈ ਗੁਰਦਾਸ ਜੀ ਦੱਸਦੇ ਨੇ, ਪਿਓ ਦਾਦਾ ਪੜਦਾਦਿਓ ਪੁੱਤ ਪੋਤਾ ਪੜਪੋਤਾ ਨਤਾ, ਮਾਂ ਦਾਦੀ ਪੜਦਾਦਿਓ ਫੁੱਫੀ ਭੈਣ ਸੀ ਆਸਣ ਖਤਾ, ਤਾਇਆ ਚਾਚਾ ਆਖੀਏ ਤਾਈ ਚਾਚੀ ਮਾਇਆ ਮਤਾ, ਮਾਮਾ ਤੇ ਮੈਂ ਮਾਣੀਆਂ ਮਾਸੀ ਮਾਸੜ ਦੇ ਰੰਗ ਰਤਾ, ਸਾਡੂ ਕੁੜਮ ਕੁਟੰਬ ਸਭ ਸੋਹਰਾ ਸੱਸ ਸਾਲੀ ਸਾ ਲਿੱਤਾ, ਤੇ ਸੱਚਾ ਸਾਖ ਨਾ ਵਿਛੜੈ ਸਾਧ ਸੰਗਤ ਗੁਰ ਭਾਈ ਪਤਾ। ਜਪੋ ਸਤਨਾਮ ਸ੍ਰੀ ਵਾਹਿ। ਅਜੇ ਉਹ ਰਿਸ਼ਤੇ ਸਾਖ ਨਾਰਾਜ਼ ਹੋ ਜਾਂਦੇ ਨੇ, ਮਗਰ ਜੋ ਸੰਗਤ ਦਾ ਸਾਖ ਹੈ ਇਹ ਸੱਚਾ ਤੇ ਸੁੱਚਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਸੋ ਸ੍ਰੀ ਅਨੰਦ ਸਾਹਿਬ ਜੀ ਦਾ ਪਾਠ ਬੜੇ ਪਿਆਰ ਦੇ ਨਾਲ ਕਰੀਏ। ਰਾਮ ਕਲੀ ਰਾਗ ਦੇ ਅੰਦਰ ਇਹ ਅਨੰਦ ਸਾਹਿਬ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਬਾਣੀ ਹੈ। ਰਾਮ ਕਲੀ ਰਾਗ ਦੇ ਅੰਦਰ ਹੀ ਇਹ ਪਹਿਲੀਆਂ ਪੰਕਤੀਆਂ ਅਸੀਂ ਪੜ੍ਹ ਰਹੇ ਹਾਂ। ਬੜੇ ਪਿਆਰ ਦੇ ਨਾਲ ਸ਼ਰਵਣ ਕਰੋ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਂ ਆਏ, ਆਨੰਦ ਪਿਆ ਮੇਰੀ ਮਾਂ ਆਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਮੈਂ ਪਾਇਆ, ਆਨੰਦ ਪਿਆ ਮੇਰੀ ਮਾਂ ਆਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਦਾਇਆ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਨ ਆਇਆ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਮੈਂ ਪਾਇਆ, ਆਨੰਦ ਪਿਆ ਮੇਰੀ ਮਾਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ, ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਉਸਦਾਰੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗਲਾ ਸਮਰਾਤ ਸੁਆਮੀ ਸੁਖ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰਦੇ, ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵ, ਸਦਾ ਸਿਵ ਤਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈ, ਕਰ ਸਾਂਤ ਸੁਖ ਮਨ ਵਸਿਆ ਜਨ ਇੱਛਾ ਸਭ ਪੁਜਾਇਆ, ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਵਡਿਆਇਆ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸੱਚ ਨਾਮ ਮੇਰਾ ਆਧਾਰੋ, ਵਾਜੈ ਪੰਚ ਸ਼ਬਦ ਤਿਤ ਕਾਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੈ ਕਲਾ ਜਿਤ ਕਰਦਾਰਿਆ, ਪੰਜ ਦੂਤ ਤੋਂ ਦੁਵਾਸ ਕੀਤੇ
काल कंटक मारया पुर कर्म पाया तुद जन को से नाम हर के लागे कह नानक तै सुख होवा तिद कर अनहद वागे अण दुश्मनो वड पागियो सगल मनोरथ पूरे पार ब्रह्म प्रभ पाया उतरे सगल विसूरे दुख रोग संताप उतरे सुनी सच्ची बानी संत साजन पाए सर से पूरे गुर ते सुनते पुनित कहते पवित्र सतगुर रे आपर पूरे बिनुवंत नानक गुरचरण लागे वागे अनहद तुरे शलो पवन गुरु पानी पिता माता धरत महात दिवस रात दो दाई दाया खेला सगल जगत चंगिया या बुरिया या वाच कर्म खदूर कर्मी आपो अपनी के नेड़े कै दूर जिन्नी नाम ते आया गैम सगत काल नानक ते मुख उजले केती छुटी नाल नानक ते मुख उजले केती छुटी नाल वाहिगुरु जी का खालसा वाहिगुरु जी की फतेह ठाकुर।